Oh, no.
ਦੇ ਪਾਤਸ਼ਾਹ ਚੜ੍ਹਾਉਣੇ ਅੱਜ ਫੁੱਲ ਸ਼ਰਦਾ ਦੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਕਲ ਜੁਗ ਕੇ ਅਵਤਾਰ ਬਾਣੀ ਕੇ ਵੋਹਿਤ ਯੁਗ ਯੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਕੀ ਮਿੱਠੀ ਗੋਦੀ ਦਾ ਸ਼ਿੰਗਾਰ ਗੁਰੂ ਰੂਪ ਖਾਲਸਾ ਜੀ ਗੁਰੂ ਰੂਪ ਸਾਹਿਬ ਸੰਗਤ ਵਡਭਾਗੇ ਆ ਜੋ ਮਹਾਨ ਸਤਿਗੁਰਾਂ ਦੇ ਮਹਾਨ ਚਰਨਾਂ ਵਿੱਚ ਪਹੁੰਚ ਕੇ ਆਪੋ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਕੇ ਸੀਸ ਝੁਕਾ ਕੇ ਨਤਮਸਤਕ ਹੋ ਕੇ ਲਾਹਾ ਲੈ ਰਹੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਆਓ ਹੋਰ ਲਾਹਾ ਲਈਏ ਭਾਵੇਂ ਆਪਣੀ ਹਾਜ਼ਰੀ ਗੁਰਚਰਨਾਂ ਵਿੱਚ ਲੱਗੀ ਹੋਈ ਹੈ ਪ੍ਰਵਾਨ ਹੈ ਫਿਰ ਵੀ ਕੇਰਾਂ ਫੇਰ ਲੱਗ ਜਾਵੇ ਦਾਸਾਂ ਦੀ ਵੀ ਲੱਗ ਜਾਵੇ ਗੱਜ ਵੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰੂ ਕਹੀ ਹੈ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀ ਹੈ ਗੁਰੂ ਉਹ ਜਿਸ ਨੂੰ ਮਿਲਦੀ ਸਾਰ ਮਨ ਖਿੜਾਓ ਵਿੱਚ ਆ ਜਾਵੇ ਆਨੰਦ ਨਾਲ ਭਰਪੂਰ ਹੋ ਜਾਵੇ ਤੇ ਐਸੇ ਹੀ ਸਾਡੇ ਸਤਿਗੁਰੂ ਹਨ ਜਿਨ੍ਹਾਂ ਦੀ ਪਾਵਨ ਬਾਣੀ ਦਾ ਸ਼ਬਦ ਰਾਗੀ ਸਾਹਿਬਾਨ ਪੜ੍ਹ ਰਹੇ ਸਨ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਬਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਧੰਨਵਾਦ ਕਰਦੇ ਹਾਂ ਆਓ ਪਹਿਲਾਂ ਨਿਤਨੇਮ ਹੋਏ ਨੇ ਫਿਰ ਕੀਰਤਨ ਹੋਇਆ ਹੁਣ ਚੱਲ ਰਹੀ ਲੜੀਵਾਰ ਗਾਥਾ ਨੂੰ ਅਗਾਂਹ ਤੋਰਨ ਦੇ ਲਈ ਢਾਡੀ ਜਥਾ ਹਾਜ਼ਰ ਹੈ ਸਤਿ ਸੰਗਤ ਜੀ ਕਈ ਰੋਜ਼ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਸੰਗ ਆਪਾਂ ਨੇ ਪ੍ਰਾਰੰਭ ਕੀਤਾ ਹੋਇਆ ਹੈ ਉਹਨਾਂ ਦੀ ਜੀਵਨੀ ਲੜੀਵਾਰ ਕਿ ਗੁਰੂ ਮਹਾਰਾਜ ਜੀ ਕਿੱਥੋਂ ਸ਼ੁਰੂ ਹੋਏ ਅਤੇ ਕਿੱਥੇ ਕਿੱਥੇ ਜਾਂਦੇ ਨੇ ਉਹ ਸਟੈਪ ਬਾਈ ਸਟੈਪ ਕਹਿਣ ਦਾ ਤੁੱਛ ਬੁੱਧੀ ਅਨੁਸਾਰ ਤੁਹਾਡੀ ਯਾਦਾਂ ਯਤਨ ਕਰ ਰਿਹਾ ਆਓ ਚੱਲ ਰਹੀ ਮਹਾਨ ਲੜੀਵਾਰ ਗਾਥਾ ਦੇ ਨਾਲ ਜੁੜੀਏ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿ ਸੰਗਤ ਜੀ ਆਪਾਂ ਕਲਯੁਗੀ ਜੀਵ ਹਾਂ ਕਲਯੁਗੀ ਜੀਵ ਪਰ ਮੇਰੇ ਹਜ਼ੂਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਲਯੁਗ ਨੇ ਵੀ ਆ ਕੇ ਸੀਸ ਝੁਕਾ ਦਿੱਤਾ ਕਲਯੁਗ ਨੇ ਵੀ ਜਗਨਨਾਥਪੁਰੀ ਮਹਾਰਾਜ ਬੈਠੇ ਸਨ ਉੱਭਰਦੇ ਸਮੁੰਦਰ ਖੌਲੂ ਪਾਉਂਦੇ ਬੱਦਲ ਕੜਕਦੀਆਂ ਬਿਜਲੀਆਂ ਤੇਜ਼ ਹਵਾਵਾਂ ਹਨੇਰੀਆਂ ਤੂਫਾਨ ਦਾ ਰੂਪ ਧਾਰ ਕੇ ਕਲਯੁਗ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਮਰਦਾਨਾ ਦਾ ਡਰ ਗਿਆ ਸਤਿਗੁਰੂ ਕਹਿਣ ਲੱਗੇ ਘਬਰਾ ਨਾ ਜੇ ਇੰਨਾ ਡਰ ਲੱਗਦਾ ਸਾਡੇ ਪਿੱਛੇ ਬਹਿ ਕੇ ਵਾਹਿਗੁਰੂ ਕਰੀ ਜਾ ਇਹ ਤੈਨੂੰ ਕੁਝ ਨਹੀਂ ਕਹਿਣ ਲੱਗਿਆ ਆਇਆ ਮਹਾਰਾਜ ਜੀ ਨੇ ਆਖਿਆ ਉਹ ਭਾਈ ਕੌਣ ਤੇ ਕਿੱਧਰ ਕਹਿਣ ਲੱਗਿਆ ਜੀ ਮੈਂ ਕਲਯੁਗ ਹਾਂ ਕਲਯੁਗ ਤੂੰ ਕਿੱਧਰ ਕਹਿਣ ਲੱਗਿਆ ਜੀ ਮੈਂ ਤੁਹਾਡੇ ਇਲਾਹੀ ਦਰਸ਼ਨ ਕਰਨ ਵਾਸਤੇ ਆਇਆ ਹਾਂ ਸਤਿਗੁਰੂ ਕਹਿਣ ਲੱਗੇ ਕਲਯੁਗ ਤੇਰੀ ਉਹ ਫੁਲਵਾੜੀ ਦੇ ਤਾਂ ਅਸੀਂ ਨਿੱਕੇ ਜਿਹੇ ਅੰਗੂਰ ਹਾਂ ਠੀਕ ਹੈ ਮਹਾਰਾਜ ਪਰ ਚਾਰੇ ਦਿਸ਼ਾਵਾਂ ਤੁਹਾਡੇ ਦਰਸ਼ਨ ਲੋਚਦੀਆਂ ਨੇ ਦੀਦਾਰ ਕਰਨੇ ਚਾਹੁੰਦੀਆਂ ਨੇ ਤੇ ਮੈਂ ਵੀ ਕਰਨ ਵਾਸਤੇ ਆਏ ਸਤਿਗੁਰਾਂ ਨੇ ਉਸਨੂੰ ਆਖਿਆ ਸੀ ਕਿ ਭਾਈ ਆਪਣੇ ਬਾਰੇ ਕੁਝ ਦੱਸ ਧਿਆਨ ਦਿਓ ਪੁਰਾਤਨ ਜਨਮ ਸਾਖੀਆਂ ਵਿੱਚ ਲਿਖਿਆ ਮਿਲਦਾ ਹੈ ਆਪਣੇ ਬਾਰੇ ਕੁਝ ਦੱਸ ਉਹ ਕਹਿਣ ਲੱਗਿਆ ਜੀ ਮੇਰੀ ਮੱਤ ਹੈ ਉਲਟ ਤੇ ਮੈਂ ਕਲਯੁਗੀ ਲੋਕਾਂ ਦੀ ਮੱਤ ਨੂੰ ਵੀ ਉਲਟ ਕਰਦਾ ਹੈ ਸਤਿਗੁਰੂ ਕਹਿਣ ਲੱਗੇ ਕਿੱਦਾਂ ਕਹਿਣ ਲੱਗਿਆ ਜੀ ਮੇਰੀ ਸੈਨਾ ਬੜੀ ਪ੍ਰਧਾਨ ਆ ਕਿਹੜੀ ਆ ਤੇਰੀ ਸੈਨਾ ਕਹਿੰਦਾ ਜੀ ਮੇਰੀ ਸੈਨਾ ਦਾ ਸਭ ਤੋਂ ਵੱਡਾ ਸੂਰਮਾ ਹੈ ਝੂਠ ਤੇ ਸਾਰਿਆਂ ਤੋਂ ਮੂਹਰੇ ਚੱਲਦਾ ਹੈ ਅੱਜ ਕਲਯੁਗ ਦੇ ਵਿੱਚ ਝੂਠ ਪ੍ਰਧਾਨ ਹੋਇਆ ਹੋਇਆ ਝੂਠ ਤੇ ਉਹਦੇ ਜਿਹੜੇ ਮਗਰਲੇ ਮੇਰੇ ਸੂਰਮੇ ਨੇ ਜੀ ਕੋਈ ਜਰਨੈਲ ਹੈ ਕੋਈ ਸਿਪਾਹੀ ਹੈ
ਉਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਧੋਖੇਬਾਜੀ ਠੱਗੀ ਜਿਹਦੇ ਜਿਹਦੇ ਉੱਤੇ ਅਸਰ ਨਹੀਂ ਹੁੰਦਾ ਝੂਠ ਦਾ ਫਿਰ ਕਾਮ ਕ੍ਰੋਧ ਵਿੱਚ ਗ੍ਰਸ ਲੈਂਦਾ ਮੈਂ ਉਹਨੂੰ ਨਹੀਂ ਫਿਰ ਚੁਗਲੀ ਨਿੰਦਿਆਂ ਦੇ ਵਿੱਚ ਗ੍ਰਸ ਲੈਂਦਾ ਮਹਾਰਾਜ ਮੈਂ ਇਹਨਾਂ ਦੀ ਮੱਤ ਉਲਟੀ ਕਰਨੀ ਆ ਇਹ ਮੇਰਾ ਕਰਤੱਵਯ ਏ ਪਰ ਮਹਾਰਾਜ ਮੈਂ ਤੁਹਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ ਮੇਰੇ ਧੰਨ ਭਾਗ ਕੋਈ ਨਾ ਕੋਈ ਮੇਰੇ ਤੋਂ ਪ੍ਰੇਮ ਭੇਟਾ ਆਪ ਜੀ ਮਨਜ਼ੂਰ ਕਰੋ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕੀ ਭੇਟਾ ਕਹਿਣ ਲੱਗਿਆ ਜੀ ਮੈਂ ਤੁਹਾਡੇ ਲਈ ਸੁੰਦਰ ਮਹਿਲ ਉਸਾਰ ਦਿੰਦਾ ਕੇਸਰ ਦੀਆਂ ਸੁਗੰਧੀਆਂ ਕਰ ਦਿੰਦਾ ਹੈ ਨਹੀਂ ਮਹਾਰਾਜ ਕਹਿਣ ਲੱਗੇ ਇਹਨਾਂ ਦੀ ਲੋੜ ਨਹੀਂ ਫਿਰ ਆਖਿਆ ਮਹਾਰਾਜ ਮੈਂ ਤੁਹਾਡੇ ਲਈ ਸੁੰਦਰ ਪਰੀਆਂ ਸੁੰਦਰ ਅਪਸਰਾਂ ਤੁਹਾਡੀਆਂ ਸੇਵਾਵਾਂ ਵਿੱਚ ਲਾ ਦਿੰਦਾ ਹਾਂ ਮਹਾਰਾਜ ਕਹਿਣ ਲੱਗੇ ਨਹੀਂ ਇਹਨਾਂ ਦੀ ਵੀ ਲੋੜ ਨਹੀਂ ਫਿਰ ਕਹਿਣ ਲੱਗਿਆ ਮਹਾਰਾਜ ਤੁਹਾਨੂੰ ਮੈਂ ਤ੍ਰਿਲੋਕੀ ਦਾ ਰਾਜਾ ਬਾਦਸ਼ਾਹ ਬਣਾ ਦੇਣਾ ਮਹਾਰਾਜ ਕਹਿਣ ਲੱਗੇ ਇਹਨਾਂ ਦੀ ਲੋੜ ਨਹੀਂ ਮਹਾਰਾਜ ਮੇਰੇ ਕੋਲੋਂ ਕੁਝ ਤਾਂ ਕੁਝ ਪ੍ਰੇਮ ਭੇਟਾ ਸਵੀਕਾਰ ਕਰੋ ਮਹਾਰਾਜ ਜੀ ਨੇ ਇਹਨਾਂ ਤਿੰਨਾਂ ਗੱਲਾਂ ਨੂੰ ਤਾਂ ਜਵਾਬ ਦੇ ਦਿੱਤਾ ਉਹਨਾਂ ਨੇ ਆਖਿਆ ਕਿ ਮੋਤੀ ਤਾਂ ਮੰਦਰ ਉਸਰੈ ਰਤਨੀ ਹੋਏ ਜੜਾਓ ਕਸਤੂਰ ਕੁੰਗੂ ਅਗਰ ਵਾਸ ਅਗਰ ਚੰਦਨ ਲੀ ਪਾਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਆਖਿਆ ਸਾਨੂੰ ਇਹ ਕੁਛ ਨਹੀਂ ਚਾਹੀਦਾ ਜੇ ਕੁਝ ਦੇਣਾ ਹੀ ਆ ਨਾ ਤੁੱਠਾ ਹੀ ਆ ਇੰਨਾ ਫਿਰ ਸਾਡੀ ਮਰਜ਼ੀ ਦਾ ਦੇ ਕੀ ਮੰਗ ਮੰਗੀ ਮਹਾਰਾਜ ਜੀ ਨੇ ਆਪਣੇ ਲਈ ਕੁਝ ਨਹੀਂ ਮੰਗਿਆ ਸਾਡੇ ਲਈ ਮੰਗਿਆ ਕੀ ਮੰਗਿਆ ਕਹਿਣ ਲੱਗੇ ਕਾਲਜੀ ਜੇ ਕੁਝ ਦੇਣਾ ਹੀ ਆ ਨਾ ਫਿਰ ਇੰਜ ਕਰ ਇੱਕ ਕੰਮ ਕਰੀ ਜਿੱਥੇ ਪਰਮਾਤਮਾ ਦੇ ਨਾਂ ਦੀ ਸੰਗਤ ਜੁੜੀ ਹੋਵੇ ਪਰਮਾਤਮਾ ਦੇ ਨਾਂ ਦਾ ਵਾਸਾ ਹੋਵੇ ਕਿਤੇ ਸਾਡਾ ਨਾਮ ਲਿਆ ਜਾ ਰਿਹਾ ਹੋਵੇ ਨਾ ਸਾਡੀ ਸੰਗਤ ਦੇ ਉੱਤੇ ਤੂੰ ਤੇ ਤੇਰੀਆਂ ਸਹਿਨਾਵਾਂ ਧਾਵਾ ਨਾ ਕਰਨਾ ਇਹ ਵਚਨ ਦੇ ਉਹਨੇ ਆਖਿਆ ਜੀ ਮੈਂ ਵਚਨ ਦਿੰਦਾ ਜਿੱਥੇ ਤੁਹਾਡਾ ਨਾਮ ਪਰਮੇਸ਼ਰ ਦੇ ਨਾਮ ਦੀ ਸੰਗਤ ਜੁੜੀ ਹੋਵੇਗੀ ਮੇਰੀ ਸੈਨਾ ਦੀ ਤੁਹਾਡੀ ਸੰਗਤ ਦੇ ਉੱਤੇ ਨਹੀਂ ਚੱਲੇਗੀ ਉਹਨੇ ਇਹ ਵੀ ਆਖਿਆ ਸੀ ਕਿ ਮਹਾਰਾਜ ਮੈਂ ਝੂਠਿਆਂ ਨੂੰ ਨਿਕੰਮਿਆਂ ਨੂੰ ਬੇਈਮਾਨਾਂ ਨੂੰ ਮਾਣ ਦਿਵਾਉਣਾ ਹੈ ਜਿਹੜੇ ਚੰਗੇ ਨੇ ਭਲੇ ਨੇ ਸੱਜਣ ਨੇ ਪਤਵੰਤੇ ਨੇ ਮੈਂ ਉਹਨਾਂ ਦੀ ਮਿੱਟੀ ਪਲੀਤ ਕਰਕੇ ਰੱਖ ਦਿੰਦਾ ਫਿਰ ਮਹਾਰਾਜ ਨੇ ਇਹ ਵੀ ਆਖਿਆ ਆਖਰ ਤੇ ਸੱਚਿਆਂ ਦੀ ਤੇ ਇਮਾਨਦਾਰਾਂ ਦੀ ਜੈ ਹੋਵੇ ਇਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਲਯੁਗ ਤੋਂ ਲਿਆ ਸਤਿ ਸੰਗਤ ਜੀ ਹੁਣ ਜਿਹੜੇ ਕਲਯੁਗ ਦੀ ਮਾਰ ਤੋਂ ਪਰੇ ਨੇ ਉਹ ਕਿਹੜੇ ਨੇ ਉਹ ਔਲਾਦ ਜਿਹਨੇ ਕਦੇ ਪਿਤਾ ਨੂੰ ਮਾਤਾ ਨੂੰ ਠਾਣਾ ਨਹੀਂ ਦਿਖਾਇਆ ਜਿਹੜੀ ਨਸ਼ਿਆਂ ਤੋਂ ਬਚੀ ਹੋਈ ਆ ਲੜਾਈ ਝਗੜਿਆਂ ਵਿੱਚ ਨਹੀਂ ਪੈਂਦੀ ਕਿੰਤੂ ਪ੍ਰੰਤੂ 'ਚ ਨਹੀਂ ਪੈਂਦੀ ਆ ਉਹ ਕੌਣ ਆ ਕੀ ਕਰ ਰਿਹਾ ਕਿਹਦੇ ਲਈ ਕਰ ਰਿਹਾ ਜਿਹੜਾ ਇਹਨਾਂ ਗੱਲਾਂ ਤੋਂ ਬਚਿਆ ਹੋਇਆ ਸਮਝ ਲੈਣਾ ਉਹਦੇ ਉੱਤੇ ਕਲਯੁਗ ਦਾ ਅਸਰ ਨਹੀਂ ਤੇ ਜਿਹੜਾ ਕੁਝ ਇਹ ਕਰ ਰਿਹਾ ਹੈ ਅੱਜ ਵੀ ਉਹਦੇ ਉੱਤੇ ਕਲਯੁਗ ਦਾ ਅਸਰ ਹੈ ਸੋ ਸਤ ਸੰਗਤ ਜੀ ਮਹਾਰਾਜ ਜੀ ਨੇ ਇਹ ਬਚਨ ਲਿਆ ਸੀ ਕਿ ਜਿੱਥੇ ਸਾਡੀ ਸੰਗਤ ਹੋਵੇਗੀ ਤੇਰੀ ਸੈਨਾ ਸਾਡੀ ਸੰਗਤ ਦੇ ਉੱਤੇ ਧਾਵਾ ਨਾ ਕਰੇ ਸੋ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆ ਜਾਂਦਾ ਹੈ ਉਹ ਝੂਠ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਚੁਗਲੀ ਨਿੰਦਿਆ ਤੋਂ ਕਿਸੇ ਹੱਦ ਤੱਕ ਬਚ ਜਾਂਦਾ ਕਿਉਂਕਿ ਇੱਥੇ ਸਿੱਖਿਆ ਹੀ ਇਹੀ ਮਿਲਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਉਣ ਦੇ ਨਾਲ ਉਸੇ ਹੀ ਮਹਾਨ ਸਤਿਗੁਰੂ ਮਹਾਨ ਰਹਿਬਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਾਂ ਨੇ ਪ੍ਰਾਸੰਗ ਪ੍ਰਾਰੰਭ ਕੀਤਾ ਹੋਇਆ ਜਿੱਥੇ ਤੱਕ ਕੱਲ ਆਪ ਜੀ ਨੇ ਸੁਣਿਆ ਕਿ ਮਰਦਾਨਾ ਚਲੇ ਗਿਆ ਨਗਰ ਤਲਵੰਡੀ ਏਵਨਾਬਾਦ ਤੋਂ ਕਿ ਮਹਾਰਾਜ ਮੈਂ ਘਰ ਦੱਸਿਆ ਵਾਂ ਤੇ ਅੱਗੇ ਜਾ ਕੇ ਬਲਾਰ ਸਾਹਿਬ ਨੇ ਆਖਿਆ ਰਾਏ ਬਲਾਰ ਨੇ ਕਿ ਮੇਰੇ ਮੁਰਸ਼ਦ ਨੂੰ ਕਹੀ ਮੈਨੂੰ ਇੱਕ ਵਾਰ ਜ਼ਰੂਰ ਦਰਸ਼ਨ ਦੇ ਕੇ ਜਾਣ ਮੈਂ ਬੁੱਢਾ ਹੋ ਗਿਆ ਮੇਰੇ ਤੋਂ ਉਹਨਾਂ ਕੋਲ ਜਾਇਆ ਨਹੀਂ ਜਾਣਾ ਮੈਂ ਤੇਰੇ ਨਾਲ ਬਾਲੇ ਸੰਧੂ ਨੂੰ ਭੇਜਾਂਗਾ ਜੇ ਉਹ ਨਾ ਹੀ ਆਉਣਾ ਮੰਨੇ ਤਾਂ ਫਿਰ ਕੋਈ ਗੱਲ ਨਹੀਂ ਮੈਨੂੰ ਸੁਨੇਹਾ ਦੇ ਦੀ ਮੈਂ ਜਿਵੇਂ ਕਿਵੇਂ ਵੀ ਠੱਡੇ ਠੇਡੇ ਖਾਂਦਾ ਆਪ ਆਵਾਂਗਾ ਉੱਥੇ ਹੁਣ ਘਰ ਜਾਂਦਾ ਹੈ ਫਿਰ ਮਾਤਾ ਤ੍ਰਿਪਤਾ ਜੀ ਨੇ ਵੀ ਆਖਿਆ ਕਿ ਮੇਰੇ ਲਾਲ ਨਾਲ ਮੇਰਾ ਮੇਲ ਕਰਾ ਦੇ ਮਰਦਾਨਿਆਂ ਤੇ ਕਹਿਣ ਲੱਗਿਆ ਮਾਤਾ ਜੀ ਮੈਂ ਉਹਨਾਂ ਦੇ ਅਧੀਨ ਹਾਂ ਉਹ ਮੇਰੇ ਅਧੀਨ ਨਹੀਂ ਮੈਂ ਤੁਹਾਡਾ ਹੁਕਮ ਤੇ ਆਪਣੇ ਵੱਲੋਂ ਬੇਨਤੀ ਕਰ ਦਿੰਦੀ ਹਾਂ ਅੱਗੇ ਜਿਵੇਂ ਉਹਨਾਂ ਨੂੰ ਠੀਕ ਲੱਗੇ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਜਿਵੇਂ ਕਿਵੇਂ ਕਰਕੇ ਉਹ ਤੁਹਾਡੇ ਕੋਲ ਜ਼ਰੂਰ ਆ ਜਾਣ ਮਰਦਾਨੇ ਨੇ ਜਾ ਕੇ ਇਹ ਗੱਲ ਦੱਸੀ ਏ ਤੇ ਮਹਾਰਾਜ ਜੀ ਨੇ ਉੱਥੋਂ ਤਿਆਰੀ ਕਰ ਲਈ ਕਈ ਰੋਜ਼ ਬਾਅਦ ਤਲਵੰਡੀ ਆ ਗਏ ਜਿੱਥੇ ਚੰਦਰ ਭਾਨ ਦੇ ਖੂਹ ਤੇ ਬੈਠ ਗਏ ਇਹ ਵਾਲੇ ਸੰਧੂ ਦੇ ਪਿਤਾ ਨੇ ਰਾਏ ਬਲਾਰ ਕੋਲ ਖਬਰ ਗਈ ਘਰੇ ਗਈ ਉਹ ਕਾਲੂ ਜੀ ਤੇ ਚਾਚਾ ਲਾਲੂ ਜੀ ਆਉਂਦੇ ਨੇ ਜਿੱਥੇ ਉਹਨਾਂ ਨੂੰ ਸਮਝਾ ਕੇ ਬਲਾਰ ਦੇ ਘਰ ਲੈ ਜਾਂਦੇ ਨੇ ਫਿਰ ਆਪਣੇ ਘਰ ਲੈ ਜਾਂਦੇ ਨੇ ਜਿੱਥੇ ਮਾਤਾ ਤ੍ਰਿਪਤਾ ਜੀ ਉਹਨਾਂ ਨੂੰ ਆਪਣੇ ਗਲੇ ਦੇ ਨਾਲ ਲਾ ਕੇ ਰੋਂਦੇ ਨੇ ਕਰਲਾਉਂਦੇ ਨੇ ਕਿ ਪੁੱਤਰਾ ਸਾਡਾ ਇੱਕ ਲੌਤਾ ਪੁੱਤਰ ਆ ਤੇ ਅਸੀਂ ਕਿਹਨੂੰ ਨਾਨਕ ਨਾਨਕੇ ਆਖੀਏ ਆਖਿਰਕਾਰ ਫਿਰ ਮਾਤਾ ਕਹਿੰਦੀ ਆ ਕਿ ਪੁੱਤਰ ਤੂੰ ਥੱਕਿਆ ਹੋਵੇਗਾ ਤੂੰ ਆਰਾਮ ਕਰ ਜਦ ਨੂੰ ਮੈਂ ਤੇਰੇ ਲਈ ਭੋਜਨ ਪਾਣੀ ਤਿਆਰ ਕਰਦੀ ਹਾਂ ਸਤਿਗੁਰੂ ਮਹਾਰਾਜ ਜੀ ਇੱਕ ਕਮਰੇ ਦੇ ਵਿੱਚ ਆਰਾਮ ਕਰਨ ਚਲੇ ਜਾਂਦੇ ਨੇ ਮਾਤਾ ਤ੍ਰਿਪਤਾ ਜੀ ਫਿਰ
ਆਪਣੀ ਦਾਸੀ ਤੁਲਸਾਂ ਨੂੰ ਆਵਾਜ਼ ਮਾਰ ਕੇ ਕਹਿੰਦੀਆਂ, ਤੁਲਸਾਂ ਲੋੜੀਂਦਾ ਸਮਾਨ ਇਕੱਤਰ ਕਰ, ਮੇਰਾ ਪੁੱਤ ਬੜੇ ਚਿਰਾਂ ਬਾਅਦ ਘਰ ਆਇਆ ਹੈ, ਲਿਆ ਆਪਾਂ ਉਹਦੇ ਲਈ ਕੋਈ ਪ੍ਰਸ਼ਾਦਾ ਪਾਣੀ ਚੰਗਾ ਭੋਜਨ ਤਿਆਰ ਕਰੀਏ। ਹੁਣ ਉਹ ਭੋਜਨ ਤਿਆਰ ਕਰਨ ਲੱਗ ਗਈਆਂ ਨੇ ਮਾਤਾ ਤ੍ਰਿਪਤਾ ਦੇ ਨਾਲ, ਤੁਲਸਾਂ ਦਾਸੀ ਆ ਜਿਹੜੀ। ਜਦੋਂ ਭੋਜਨ ਤਿਆਰ ਹੋ ਗਿਆ ਭੋਜਨ, ਹੁਣ ਮਾਤਾ ਨੇ ਆਖਿਆ, ਤੁਲਸਾਂ ਜਾ ਜਗਾ ਮੇਰੇ ਪੁੱਤਰ ਨਾਨਕ ਨੂੰ, ਲਿਆ ਗਰਮਾ ਗਰਮ ਪ੍ਰਸ਼ਾਦਾ ਛਕਾਈਏ। ਹੁਣ ਦਾਸੀ ਤੁਲਸਾਂ ਜਾ ਕੇ ਗੁਰੂ ਮਹਾਰਾਜ ਜੀ ਦੇ ਕਮਰੇ ਦੇ ਵਿੱਚ ਪਹੁੰਚਦੀ ਆ, ਆਵਾਜ਼ ਮਾਰਨ ਲੱਗਦੀ ਆ, ਪਰ ਆਵਾਜ਼ ਮਾਰਦੀ ਮਾਰਦੀ ਰੁਕ ਜਾਂਦੀ ਆ, ਤੇ ਰੁਕਣ ਦੇ ਨਾਲ ਜਿਵੇਂ ਉਹਦੀ ਤਕਦੀਰ ਬਦਲਦੀ ਆ, ਕਮਰੇ ਦੇ ਵਿੱਚ ਜਿਵੇਂ ਇੱਕ ਕੌਤਕ ਹੋਇਆ। ਮੇਰੇ ਸਾਥੀ ਵੀਰ ਕਵਿਤਾ ਚ ਕਹਿ ਰਹੇ ਨੇ ਕਿ ਦਾਸੀ ਦੀ ਤਕਦੀਰ ਸਤਿਗੁਰਾਂ ਦੇ ਦਰਸ਼ਨ ਕਰਕੇ ਕਿਵੇਂ ਬਦਲੀ, ਸੁਣਿਓ ਜਰਾ।
ਖਬਰ ਹੋਈ ਪਲ ਪਲ ਦੀ ਧਰਤੀ ਤਨ ਸੁਣ ਗਿਆ ਮਾਨਾ ਦੀ ਦਾਸੀ ਨੂੰ ਮਾਤਾ ਨੇ ਆਖਿਆ ਮੇਰੇ ਪੁੱਤਰ ਨੂੰ ਬੁਲਾ ਕੇ ਲਿਆ ਗਰਮਾ ਗਰਮ ਪ੍ਰਸ਼ਾਦਾ ਛਕਾਈਏ ਭੋਜਨ। ਉਹ ਗਈ ਆਵਾਜ਼ ਮਾਰਨ ਲੱਗੀ ਰੁਕ ਗਈ। ਸਤਿਗੁਰੂ ਮਹਾਰਾਜ ਜੀ ਲੇਟੇ ਹੋਏ ਨੇ ਸੁੱਤੇ ਪਏ ਨੇ ਚਾਦਰ ਲਈ ਹੋਈ ਹੈ ਪਰ ਮੁੱਖ ਨੰਗਾ।
ਚਰਨ ਨੰਗੇ ਨੇ। ਦਾਸੀ ਦੇ ਮਨ ਦੇ ਵਿੱਚ ਆਟੋਮੈਟਿਕਲੀ ਆਇਆ ਕਿਉਂਕਿ ਇਹ ਦੂਸਰੀ ਔਰਤ ਹੈ ਜਹਾਨ ਦੇ ਵਿੱਚ ਜਿਹਨੇ ਦੂਸਰੇ ਨੰਬਰ ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ। ਪਹਿਲੀ ਦਾਈ ਦੌਲਤਾਂ ਤੇ ਨਾਲ ਸੀ ਤੁਲਸਾਂ। ਦਾਈ ਦੌਲਤਾਂ ਨੇ ਆਖਿਆ ਸੀ ਵੀ ਤੁਲਸਾਂ ਬਚ ਕੇ ਜਾ, ਪਟਵਾਰੀ ਸਾਹਿਬ ਨੂੰ ਕਹਿ ਵਧਾਈਆਂ। ਇਹ ਦੂਸਰੀ ਦੁਨੀਆਂ ਤੇ ਮਹਾਨ ਔਰਤ ਹੈ, ਸਫਲ ਔਰਤ ਹੈ, ਭਾਗਾਂ ਵਾਲੀ ਆ, ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਸੀ। ਇਹਨੇ ਆਖਿਆ ਤੁਲਸਾ ਮਨ ਵਿੱਚ ਇਹਨੇ ਸੋਚਿਆ ਕਿ ਰੋਜ਼ ਰੋਜ਼ ਨਹੀਂ ਸਮਾਂ ਲੱਭਿਆ ਕਰਦਾ, ਤੈਨੂੰ ਪਤਾ ਇਹ ਉਹੀ ਮੁਰਸ਼ਦ ਹੈ ਜਦੋਂ ਜਿਨ੍ਹਾਂ ਦੇ ਪ੍ਰਕਾਸ਼ ਦੇ ਸਮੇਂ ਹਜ਼ਾਰਾਂ ਸੂਰਜਾਂ ਜਿੰਨਾ ਪ੍ਰਕਾਸ਼ ਹੋਇਆ ਸੀ, ਇਹ ਰੋਣ ਦੀ ਜਗ੍ਹਾ ਹੱਸੇ ਸਨ। ਅੱਜ ਤੈਨੂੰ ਮੌਕਾ ਮਿਲ ਗਿਆ, ਕੀ ਪਤਾ ਮੁੜ ਕੇ ਮੌਕਾ ਮਿਲੇ ਨਾ ਮਿਲੇ, ਅੱਜ ਇਹ ਮੁਰਸ਼ਦ ਦੇ ਤੂੰ ਚਰਨੀ ਸੀਸ ਨਿਭਾ ਕੇ ਆਪਣਾ ਜੀਵਨ ਸਫਲਾ ਕਰ ਲੈ। ਤੁਲਸਾ ਦਾਸੀ ਨੇ ਜਦੋਂ ਮਹਾਰਾਜ ਜੀ ਦੀਆਂ ਪੈਂਦਾ ਵਾਲੇ ਖਲ ਪਾਸੇ ਖੜ ਕੇ ਹੱਥ ਜੋੜੇ, ਸੀਰ ਝੁਕਾਇਆ ਸ਼ਰਧਾ ਨਾਲ, ਅਦਬ ਨਾਲ, ਫਿਰ ਮਹਾਰਾਜ ਜੀ ਦੇ ਚਰਨਾਂ ਨੂੰ ਆਪਣਾ ਮੁੱਖ ਲਾਇਆ, ਮੁੱਖ ਛੁਆਇਆ ਬੁੱਲਾਂ ਦੇ ਨਾਲ। ਬਸ ਸਤਸੰਗ ਜੀ, ਤੁਲਸਾ ਦਾਸੀ ਨੇ ਜਦੋਂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਆਪਣਾ ਮੁੱਖ ਛੁਆਇਆ ਨਾ, ਐਸੀ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਦਾਸੀ ਤੁਲਸਾ ਨੂੰ ਦੋ ਜਹਾਨਾਂ ਦੀ ਸੋਝੀ ਹੋ ਗਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੱਥਰ ਦੇ ਦੋ ਜਨਮ ਹੁੰਦੇ ਨੇ, ਪੱਥਰ ਦੇ ਦੋ, ਦੋ ਤੋਂ ਵੀ ਤਿੰਨ ਹੋ ਸਕਦੇ ਨੇ। ਕਿਸੇ ਨੇ ਪੱਥਰ ਦੇ ਬਾਬਤ ਲਿਖਿਆ, ਕਹਿੰਦਾ ਅਬੁੱਤੋ ਸ਼ਾਬਾਸ਼, ਕਿਆ ਖੂਬ ਤਰੱਕੀ ਕੀ ਹੈ, ਜਬ ਤਰਾਸ਼ੇ ਨਾ ਥੇ ਤੋ ਪੱਥਰ ਦੇ, ਤਰਾਸੇ ਗਏ ਤੋ ਸਿੱਧੇ ਭਗਵਾਨ ਬਣ ਗਏ। ਪੱਥਰ ਦਾ ਇੱਕ ਜਨਮ ਹੁੰਦਾ ਪੱਥਰ ਵਾਲਾ, ਤੇ ਜਦੋਂ ਇੱਕ ਤਰਾਸ਼ਿਆ ਜਾਂਦਾ ਫਿਰ ਉਹਨੂੰ ਧੂਫ ਬੱਤੀਆਂ ਵੀ ਕੀਤੀਆਂ ਜਾਂਦੀਆਂ ਦੂਸਰਾ ਜਨਮ। ਤੇ ਇੱਕ ਹੋਰ ਹੁੰਦਾ ਜਿਹੜਾ ਪੱਥਰਾਂ ਦੇ ਵਿੱਚੋਂ ਹੀਰਾ ਨਿਕਲਦਾ, ਜਿਹਦੀ ਕੀਮਤ ਫਿਰ ਲੱਖਾਂ ਕਰੋੜਾਂ ਰੁਪਏ ਤੱਕ ਪਹੁੰਚ ਜਾਂਦੀ ਹੈ। ਹੁਣ ਤੁਲਸਾ ਦਾਸੀ ਦਾ ਵੀ ਦੂਸਰਾ ਜਨਮ ਹੋਣ ਲੱਗਿਆ। ਦੂਸਰਾ ਇਨਸਾਨ ਦੇ ਵੀ ਦੋ ਜਨਮ ਹੁੰਦੇ ਨੇ, ਇੱਕ ਆਮ ਜਨਮ, ਜਿਵੇਂ ਕਿ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਦੋਂ ਪਹਿਲਾਂ ਤੁਲਸਾ ਨੂੰ ਕੋਈ ਨਹੀਂ ਸੀ ਜਾਣਦਾ, ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਉਹਦੇ ਹੱਥਾਂ ਦੇ ਰਾਹੀਂ ਹੋ ਗਿਆ, ਤੇ ਅੱਜ ਪੂਰੀ ਵਰਲਡ ਪ੍ਰਸਿੱਧ ਫੇਮਸ ਹੋ ਗਈ ਦਾਈ ਦੌਲਤਾਂ। ਅੱਜ ਤੱਕ ਜਿਹੜੀ ਦਾਸੀ ਤੁਲਸਾ ਇਹ ਵੀ ਆਮ ਹੈ, ਪਰ ਐਸੀ ਮਹਾਰਾਜ ਜੀ ਨੇ ਕਿਰਪਾ ਕੀਤੀ, ਆਪਾਂ ਜਿਹੜੀ ਆਸਾ ਦੀ ਵਾਰ ਦੇ ਵਿੱਚ ਸਵੇਰ ਵੇਲੇ ਸੁਣਦੇ ਪੜ੍ਹਦੇ ਹਾਂ ਨਾ, ਐਵੇਂ ਨਹੀਂ, ਕਿਹੜੀ ਕਿਰਪਾ ਹੋ ਗਈ ਦਾਸੀ ਤੇ। ਬਾਣੀ ਕਹਿੰਦੀ ਆ ਸਵੇਰ ਵੇਲੇ ਦੀ, ਵਾਲੇ ਹਾਰੀ ਗੁਰੇ ਆਪਣੇ ਦਿਓ ਹਾਰੀ ਸਦ ਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਬਲਿਹਾਰੇ ਜਾਈਏ ਸੌ ਸੌ ਵਾਰ ਇਸੇ ਮਾਨ ਸਤਿਗੁਰੂ ਦੇ, ਜਿਹਨੇ ਆਮ ਮਨੁੱਖਾਂ ਨੂੰ ਦੇਵਤੇ ਬਣਾ ਦਿੱਤਾ, ਦੇਵਤੇ ਬਣਾਉਣ ਲੱਗੇ ਸ਼ਿਰ ਵੀ ਨਹੀਂ ਲਾਇਆ। ਉਹੀ ਕੁਝ ਹੋਇਆ ਦਾਸੀ ਨਾਲ, ਜਦੋਂ ਮਹਾਰਾਜ ਜੀ ਦੇ ਚਰਨ ਚੁੰਮੇ ਨੇ ਨਾ, ਇਹਨੂੰ ਦੋ ਜਹਾਨਾਂ ਦੀ ਸੋਝੀ ਹੋ ਗਈ, ਗਿਆਨਵਾਨ ਬਣ ਗਈ, ਇਹਨੂੰ ਦੁਨੀਆਂ ਦੇ ਵਿੱਚ ਚੱਪੇ ਚੱਪੇ ਦੇ ਵਿੱਚ ਜੋ ਹੋ ਰਿਹਾ ਇਹਨੂੰ ਸਭ ਦੇਖਣ ਲੱਗ ਗਿਆ। ਇਹਨੇ ਦੇਖਿਆ ਕਿ ਮੇਰੀ ਡਿਊਟੀ ਲੱਗੀ ਆ ਨਾਨਕ ਮਹਾਰਾਜ ਜੀ ਨੂੰ ਜਗਾਉਣ ਦੀ, ਪਰ ਮੈਂ ਜਗਾਵਾਂ ਕਿਵੇਂ, ਇਹਦਾ ਇੱਥੇ ਹੈਓ ਨਹੀਂ, ਇਹ ਤਾਂ ਕਿਸੇ ਦੇ ਵਿਹੜੇ ਤਾਰਨ ਗਏ ਹੋਏ ਨੇ। ਇਹ ਸੱਚ ਸੀ ਸਾਧ ਸੰਗਤ ਜੀ, ਕਿਹਨਾਂ ਦੇ ਵਿਹੜੇ ਤਾਰਨ ਗਏ ਹੋਏ ਸੀ, ਥੋੜੀ ਜਿਹੀ ਝਾਤ ਪਾ ਜਾਵਾਂ। ਗੁਰੂ ਮਹਾਰਾਜ ਜੀ ਨੇ ਅਜੇ ਰਾਵੀ ਇਸ਼ਨਾਨ ਤੋਂ ਪਹਿਲਾਂ ਦਾ ਹੀ ਸਮਾਂ ਸੀ ਉਹਨਾਂ ਦਾ, ਉਹਨਾਂ ਦੇ ਕੋਲ ਇੱਕ ਸਿੱਖ ਆਇਆ, ਸਿੱਖ ਉਹ ਜਿਹੜਾ ਸਿੱਖ ਹੈ ਸੁਲਤਾਨਪੁਰ ਦੇ ਨਾਲੇ ਨਗਰ ਹੈ ਮਲਸੀਆਂ, ਮਲਸੀਆਂ ਦਾ ਰਹਿਣ ਵਾਲਾ ਹੈ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀ 11ਵੀਂ ਵਾਰ ਦੀ 14ਵੀਂ ਪੌੜੀ ਦੇ ਵਿੱਚ ਕੀਤਾ ਹੈ। ਉਹਦਾ ਨਾਮ ਵੀ ਆਖਿਆ ਮਹਿਲਸੀਹਾਂ ਵਿੱਚ ਆਖੀ ਹੈ, ਭਾਗੀਰਥ ਕਾਲੀ ਗੁਣ ਗਾਵੈ, ਕਾਲੀ ਕਾਲੀ ਦੇਵੀ ਨੂੰ ਕਹਿੰਦੇ ਭਾਗੀਰਥ ਬਾਬਤ ਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਕਹਿੰਦੇ ਨੇ ਭਾਗੀਰਥ ਕਾਲੀ ਦੇਵੀ ਦਾ ਸੇਵਕ ਸੀ। ਧਿਆਨ ਦਿਓ, ਦਾਸੀ ਨੂੰ ਪਤਾ ਲੱਗਿਆ ਕਿ ਕਿਹਨਾਂ ਦੇ ਵਿਹੜੇ ਤਾਰਨ ਗਏ ਹੋਏ ਨੇ। ਭਾਗੀਰਥ ਆ ਜਿਹੜਾ ਕਾਲੀ ਦੇਵੀ ਦਾ ਭਗਤ ਹੈ, ਆਈ ਜਾਂਦਾ ਜਾਈ ਜਾਂਦਾ, ਆਈ ਜਾਂਦਾ ਜਾਈ ਜਾਂਦਾ। ਮਹਾਰਾਜ ਜੀ ਦੀ ਮਹਿਮਾ ਸੁਣੀਏ ਮੋਦੀ ਖਾਨੇ ਲੱਗੇ ਹੋਇਆਂ ਦੀ, ਜਦੋਂ ਮਹਿਮਾ ਸੁਣੀਏ ਇਹਨੇ ਵੀ ਸੋਚਿਆ ਵੀ ਐਡਾ ਪੁੱਜਿਆ ਹੋਇਆ ਮੁਰਸ਼ਦ ਹੈ, ਚਾਰੇ ਪਾਸੇ ਧੁੰਮਾਂ ਪੈ ਰਹੀਆਂ, ਕੀ ਹਰਜਾ, ਦਰਸ਼ਨ ਕਰ ਲੈਣੇ ਚਾਹੀਦੇ ਨੇ। ਇਹ ਗੁਰਾਂ ਪਾਸ ਗਿਆ, ਮਹਾਰਾਜ ਜੀ ਨੇ ਤਾਂ ਬੜਾ ਆਦਰ ਸਤਿਕਾਰ ਕੀਤਾ, ਉਹ ਭਾਈ ਜੀ ਆਇਆਂ ਨੂੰ ਕਿੱਥੋਂ ਆਏ ਨੇ ਦੱਸਿਆ ਕੀ ਕਰਦੇ, ਉਹਨੇ ਦੱਸਿਆ ਮਹਾਰਾਜ ਪਿੰਡ ਦਾ ਚੌਧਰੀ ਆ, ਬਸ ਸੰਗ ਲੈ ਕੇ ਕਾਲੀ ਦੇ ਜਾ ਆਈਦਾ, ਆਈਦਾ ਜਾਈਦਾ ਆਈਦਾ ਬਸ। ਸਤਿਗੁਰੂ ਕਹਿਣ ਲੱਗੇ ਮਿਲੀ ਕਿ ਨਹੀਂ ਮਿਲੀ, ਉਹ ਕਹਿਣ ਲੱਗਿਆ ਜੀ ਵਾਹ ਵਾਹ ਚਿਰ ਹੋ ਗਿਆ ਜਾਂਦੇ ਨੂੰ, ਮਿਲੀ ਕਦੇ ਨੀ, ਬਸ ਏਦਾਂ ਹੀ ਪੱਥਰ ਦੀ ਮੂਰਤੀ ਆ, ਭੋਗ ਲਵਾ ਕੇ ਆ ਜਾਈਦਾ। ਮਹਾਰਾਜ ਕਹਿਣ ਲੱਗੇ ਅੱਛਾ ਭਾਈ ਜਾਂਦਾ ਰਿਹਾ ਆਉਂਦਾ ਰਿਹਾ, ਅੱਜ ਤੱਕ ਨੀ ਮਿਲੀ, ਅੱਜ ਦੀ ਰਾਤ ਫਿਰ ਇੱਥੇ ਹੀ ਰਹਿ।
ਸਤਿਗੁਰੂ ਮਹਾਰਾਜ ਜੀ ਨੇ ਭਗੀਰਥ ਨੂੰ ਇੱਕ ਰਾਤ ਆਪਣੇ ਕੋਲ ਰੱਖ ਲਿਆ। ਜਦੋਂ ਤੜਕਾ ਜਿਹਾ ਹੋਇਆ ਭਗੀਰਥ ਨੇ ਕੀ ਦੇਖਿਆ ਕਿ ਕੋਈ ਮਾਈ ਮੋਦੀ ਖਾਨੇ ਦਾ ਆ ਕੇ ਨਾ ਆਲਾ ਦੁਆਲਾ ਸਿੰਭਰ ਰਹੀ ਆ, ਸਾਫ਼ ਸਫਾਈਆ ਕਰ ਰਹੀ ਹੈ। ਇਤਿਹਾਸ ਤਾਂ ਇੱਥੋਂ ਤੱਕ ਕਹਿੰਦਾ ਕਿ ਉਹੀ ਦੇਵੀ ਨੇ ਆ ਕੇ ਮਹਾਰਾਜ ਜੀ ਦੇ ਆਲੇ ਦੁਆਲੇ ਝਾੜੂ ਲਾ ਕੇ ਸਫਾਈ ਵਗੈਰਾ ਕੀਤੀ ਤੇ ਕੌਤਕ ਦੇਖਿਆ ਨਾ ਜਦੋਂ ਭਗੀਰਥ ਨੇ, ਉਹ ਭੱਜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਡਿੱਗ ਪਿਆ, ਕਹਿਣ ਲੱਗਿਆ ਮਹਾਰਾਜ ਵਾਹ ਵਾਹ ਵਾਹ, ਜਿਹੜੀ ਦੇਵੀ ਦੀ ਮੈਂ ਇੱਡੀ ਦੂਰ ਦਰਸ਼ਨ ਕਰਦਾ ਰਿਹਾ ਉਹਦਾ ਤੁਹਾਡੇ ਚਰਨਾਂ ਦੀ ਧੂੜ ਹੈ, ਝਾੜੂ ਬਰਦਾਰ ਹੈ, ਮੈਨੂੰ ਨੇ ਕਿਤੇ ਜਾਣ ਦੀ ਲੋੜ, ਹੁਣ ਮੈਂ ਬਸ ਤੁਹਾਡੇ ਹੀ ਗੁਣ ਗਾਉਣੇ ਨੇ। ਪੱਕੇ ਤੌਰ ਤੇ ਭਗੀਰਥ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣ ਗਿਆ। ਐਸਾ ਸਿੱਖ ਬਣਿਆ, ਉੱਤੇ ਸਤਸੰਗ ਵੀ ਹੁੰਦਾ, ਕੋਈ ਗਰੀਬ ਆਉਂਦਾ, ਕੋਈ ਕਿੱਦਾਂ ਦਾ ਲੋੜਵੰਦ ਆਉਂਦਾ, ਮਹਾਰਾਜ ਜੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ ਆਪਣੀ ਤਨਖਾਹ ਦੇ ਵਿੱਚੋਂ। ਪਿਛਲੇ ਦੀਵਾਨਾਂ ਵਿੱਚ ਆਪ ਜੀ ਨੇ ਸੁਣਿਆ। ਹੁਣ ਭਾਈ ਮਰਦਾਨਾ ਵੀ ਆ ਗਿਆ ਤਲਵੰਡੀ। ਜਦੋਂ ਮਰਦਾਨਾ ਜੀ ਤਲਵੰਡੀ ਆ ਗਏ, ਤਲਵੰਡੀ ਤੋਂ ਆ ਗਏ ਸੁਲਤਾਨਪੁਰ, ਉਹਨੇ ਆਖਿਆ ਮਹਾਰਾਜ ਮੈਂ ਤਾਂ ਸਾਰਾ ਕੁਝ ਤੁਹਾਨੂੰ ਮੰਨ ਲਿਆ, ਮੇਰਾ ਇਸ਼ਟ ਤੂੰ, ਮੇਰਾ ਮੁਰਸ਼ਦ ਤੂੰ, ਮੇਰੀ ਲੜਕੀ ਦਾ ਵਿਆਹ, ਇਹ ਵਿਆਹ ਕਰਨਾ, ਆਹ ਫੜੋ ਪਰਚੀ, ਆਹ ਸਮਾਨ ਚਾਹੀਦਾ, ਵਿਆਹ ਕਰਨਾ। ਸਤਿਗੁਰੂ ਮਹਾਰਾਜ ਜੀ ਨੇ ਉਹ ਪਰਚੀ ਦੇਖੀ ਤੇ ਆਖਿਆ ਮਰਦਾਨਿਆ ਆਹ ਇੰਨਾ ਸਮਾਨ ਹੈ ਜਿਹੜਾ ਭਾਈ ਇਹ ਇੱਥੋਂ ਤਾਂ ਸਾਰਾ ਮਿਲਣਾ ਨਹੀਂ, ਆਸੇ ਪਾਸਿਓਂ ਲਿਆਉਣਾ ਪੈਣਾ, ਲਾਹੌਰੋਂ ਮਿਲੂਗਾ। ਮਹਾਰਾਜ ਜੀ ਨੇ ਉਹ ਪਰਚੀ ਭਗੀਰਥ ਨੂੰ ਦਿੱਤੀ ਕਿ ਲੈ ਭਾਈ ਆਹ ਪਰਚੀ ਲੈ ਜਾ, ਜਿੰਨਾ ਵੀ ਸਮਾਨ ਲਿਖਿਆ ਹੋਇਆ ਹੈ, ਮਰਦਾਨੇ ਦੀ ਲੜਕੀ ਦਾ ਵਿਆਹ ਹੈ, ਇੱਕੋ ਹੀ ਰਾਤ ਤੈਂ ਕੱਟਣੀ ਆ ਲਾਹੌਰ, ਕੱਲ੍ਹ ਨੂੰ ਸ਼ਾਮ ਤੱਕ ਇੱਥੇ ਆ ਜਾਈ। ਸੱਤ ਵਚਨ ਕਹਿ ਕੇ ਪਿੰਡ ਦਾ ਚੌਧਰੀ ਸੀ ਅਕਸਰ ਨੂੰ ਸਤਸੰਗ ਜੀ ਗੁਰਾਂ ਦਾ ਸੇਵਕ ਬਣਿਆ, ਲੈ ਕੇ ਪਰਚੀ ਤੁਰ ਪਿਆ, ਜਾ ਪੁੱਜਾ ਲਾਹੌਰ ਦੀ ਧਰਤੀ ਤੇ ਗਿਆ, ਉੱਥੇ ਉਹਨੂੰ ਇੱਕ ਸਿੱਖ ਮਿਲਿਆ। ਸਿੱਖ ਇਹਨੇ ਕਈ ਹੋਰ ਦੁਕਾਨਦਾਰਾਂ ਨੂੰ ਪੁੱਛਿਆ, ਪਰ ਉਹ ਸਮਾਨ ਆਖਿਆ ਜੀ ਅੱਜ ਨਹੀਂ ਤਿਆਰ ਹੋ ਸਕਦਾ, ਕੱਲ੍ਹ ਹੋਵੇਗਾ। ਇੱਕ ਸਿੱਖ ਨੂੰ ਪੁੱਛਿਆ, ਉਹਦਾ ਨਾਮ ਹੈ ਧਨਾਟ ਪੁਰਸ਼ ਹੈ, ਇਤਿਹਾਸ ਕਹਿੰਦਾ ਮਨਸੁੱਖ ਉਹਦਾ ਨਾਮ ਹੈ, ਮਨਸੁੱਖ। ਉਹਦੇ ਨਾਲ ਗੱਲਬਾਤ ਕੀਤੀ ਕਿ ਭਾਈ ਆਹ ਸਮਾਨ ਚਾਹੀਦਾ, ਉਹਨੇ ਪਰਚੀ ਫੜ ਲਈ, ਕਹਿਣ ਲੱਗਿਆ ਜੀ ਅਸੀਂ ਸਮਾਨ ਇਹ ਵੇਚਣਾ, ਕੋਈ ਗੱਲ ਨਹੀਂ ਤੁਹਾਨੂੰ ਸਮਾਨ ਮਿਲੇਗਾ। ਪਰ ਅੱਗੋਂ ਭਗੀਰਥ ਜੀ ਨੇ ਆਖਿਆ ਜੀ ਮਨਸੁੱਖ ਜੀ ਇਹ ਸਮਾਨ ਤਾਂ ਮੈਨੂੰ ਦੇ ਦਿਓ, ਪਰ ਮੈਂ ਅੱਜ ਦੀ ਉਹ ਰਾਤ ਇੱਥੇ ਟਿਕਣਾ, ਮੈਂ ਇੱਧਰੋਂ ਵੱਧ ਨਹੀਂ ਟਿਕ ਸਕਦਾ, ਕੱਲ੍ਹ ਸ਼ਾਮਾਂ ਨੂੰ ਮੈਂ ਜਿੱਥੋਂ ਆਇਆ ਉੱਥੇ ਪਹੁੰਚਣਾ। ਅੱਗੇ ਭਾਈ ਇਹ ਤੈਨੂੰ ਰਾਤ ਰਾਤ ਤਾਂ ਇਹ ਸਮਾਨ ਤੈਨੂੰ ਮਿਲਣਾ ਨਹੀਂ ਹੈ, ਬਾਕੀ ਸਮਾਨ ਤਾਂ ਸਾਰਾ ਮੇਰੇ ਕੋਲ ਤਿਆਰ ਹੈ, ਇੱਕ ਜਿਹੜਾ ਚੂੜਾ ਬਣਾਉਣਾ ਨਾ ਵਿਆਹ ਵਾਸਤੇ ਉਹ ਨਹੀਂ ਤਿਆਰ, ਉਹਨੂੰ ਬਣਾਉਣ ਨੂੰ ਹੋ ਸਕਦਾ 2 ਦਿਨ ਲੱਗਣ, 4 ਦਿਨ ਲੱਗਣ, ਜਦੋਂ ਬਣ ਗਿਆ ਮੈਂ ਤੈਨੂੰ ਤੋੜ ਦੇਣਾ। ਉਹ ਕਹਿਣ ਲੱਗਿਆ ਜੀ ਤੋਬਾ ਤੋਬਾ, ਮੈਂ 1 ਰਾਤ ਤੋਂ ਵੱਧ ਰਾਤ ਰਹਿ ਨਹੀਂ ਸਕਦਾ, ਮੇਰਾ ਤਾਂ ਜਨਮ ਭ੍ਰਿਸ਼ਟ ਹੋ ਜੂਗਾ, ਸਾਰੇ ਕਰਮ ਧਰਮ ਨਸ਼ਟ ਹੋ ਜਾਣਗੇ। ਅੱਗੇ ਕੀ ਗੱਲ ਹੋ ਗਈ, 1 ਰਾਤ ਨਾਲ ਇੰਨਾ ਕੁਛ ਕਿਵੇਂ ਵਿਅਰਥ ਹੋ ਜੂਗਾ। ਕਹਿਣ ਲੱਗਿਆ ਤੈਨੂੰ ਪਤਾ ਨਹੀਂ ਜਿਹੜੇ ਮੇਰੇ ਮੁਰਸ਼ਦ ਨੇ ਮੈਨੂੰ ਹੁਕਮ ਕੀਤਾ ਨਾ, ਹੁਕਮ ਮੈਂ ਸਿਰ ਮੱਥੇ ਉਹਨਾਂ ਦਾ ਹੁਕਮ ਮੰਨਣਾ, ਮੈਂ ਕੱਲ੍ਹ ਸ਼ਾਮ ਤੱਕ ਉੱਥੇ ਪਹੁੰਚਣਾ, ਉਹਨਾਂ ਦੇ ਹੁਕਮ ਮੁਤਾਬਕ ਮੈਂ ਕੱਲ੍ਹ ਤੱਕ ਜਾਣਾ ਹੀ ਜਾਣਾ, ਮੈਨੂੰ ਤਾਂ ਹੋ ਸਕਦਾ ਜਿਵੇਂ ਕਿਵੇਂ ਅੱਜੇ ਰਾਤ ਨੂੰ ਇਹ ਸਮਾਨ ਦੇ। ਉਹ ਕਹਿਣ ਲੱਗਿਆ ਤੇਰਾ ਏਡਾ ਕਿੱਦਾਂ ਦਾ ਤੇਰਾ ਮੁਰਸ਼ਦ ਹੈ, ਮੁਰਸ਼ਦ ਹੈ ਕਿ ਜਿਹੜਾ ਰਾਜਾ ਹੈ ਕੋਈ, ਜਿਹੜਾ ਤੇਰਾ ਐਡਾ ਬੜਾ ਤੈਨੂੰ ਹੁਕਮ ਮੰਨਣਾ ਪੈਣਾ। ਉਹ ਕਹਿਣ ਲੱਗੇ ਉਧਰ ਰਾਜਿਆਂ ਦਾ ਵੀ ਰਾਜਾ, ਮਹਾਰਾਜਿਆਂ ਦਾ ਵੀ ਮਹਾਰਾਜਾ। ਅੱਗੋਂ ਕਿਹਾ ਭਗੀਰਥ ਨੇ ਗੁਰਾ ਬਾਬਤ ਮੇਰਾ ਮੁਰਸ਼ਦ ਹੈ ਆਪ ਨਿਰੰਕਾਰ ਭਾਈ, ਤੇਰਾ ਦਰਸ਼ ਜੋ ਉਹਨਾਂ ਦੇ ਕਰ ਲੈਂਦਾ, ਬੇੜੇ ਡੁੱਬਦੇ ਕਰ ਦੇਵੇ ਪਾਰ ਭਾਈ। ਸਭ ਨੂੰ ਮਾਰ ਦੇਵੇ ਸਤਿਕਾਰ ਦੇਵੇ, ਹਰ ਵਰਗ ਦਾ ਕਰੇ ਸਤਿਕਾਰ ਭਾਈ, ਉਹੀ ਸਿਫਤ ਵਿੱਚ ਆਖਾਂ ਮੈਂ ਕੀ ਆਖਾਂ, ਉਹ ਹੈ ਸੱਚਾ ਗਰੀਬਾਂ ਦਾ ਯਾਰ ਭਾਈ, ਪਤਾ ਲੱਗ ਜਾਏਗਾ ਆਪਣੇ ਆਪ ਤੈਨੂੰ ਜਦੋਂ ਕਰੇਗਾ ਕਦੇ ਦੀਦਾਰ।
ਬਹੁਤ ਭਾਰੀ ਦਰਸ਼ਨ ਸੀਗਾ। ਫਕੀਰ ਨੂੰ ਜਦੋਂ ਆਖਿਆ ਨਾ, ਉਹ ਤੇਰਾ ਮੁਰਸ਼ਦ ਹੈ ਕਿ ਰਾਜਾ ਜੀ ਦਾ ਇੰਨਾ ਸਖਤੀ ਨਾਲ ਹੁਕਮ ਮੰਨਣਾ ਪੈਣਾ। ਫਕੀਰ ਜੀ ਕਹਿਣ ਲੱਗੇ, ਰਾਜੇ ਮਹਾਰਾਜੇ ਤਾਂ ਉਹਦੇ ਚਰਨਾਂ ਦੀ ਧੂੜ ਨੇ, ਉਹ ਰਾਜਿਆਂ ਮਹਾਰਾਜਿਆਂ ਦਾ ਵੀ ਰਾਜਾ ਮਹਾਰਾਜਾ, ਗਰੀਬਾਂ ਦਾ ਹਮਦਰਦੀ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ। ਜਦੋਂ ਇੰਨੀ ਮਹਿਮਾ ਦੱਸੀ ਨਾ, ਅੱਗੋਂ ਮਨਸੋਂ ਕਹਿਣ ਲੱਗਿਆ, ਮੈਂ ਨਹੀਂ ਮੰਨਦਾ। ਕਹਿੰਦਾ ਕਲਯੁਗ ਦੇ ਵਿੱਚ ਏਡਾ ਦਾ ਏਡਾ ਵੱਡਾ ਕੋਈ ਅਵਤਾਰ ਪੈਦਾ ਹੀ ਨਹੀਂ ਹੋਇਆ। ਭਗੀਰਥ ਕਹਿੰਦਾ, ਜੀ ਕੋਈ ਗੱਲ ਨਹੀਂ, ਤੁਸੀਂ ਨਾ ਮੰਨੋ, ਤੁਹਾਡੇ ਮੰਨਣ ਨਾਲ ਥੋੜੀ ਕੋਈ ਫਰਕ ਪੈਣ ਲੱਗਿਆ, ਪਰ ਮੈਂ ਦਾਅਵੇ ਨਾਲ ਕਹਿਣਾ ਕਿ ਜਦੋਂ ਤੁਸੀਂ ਕਦੇ ਉਹਨਾਂ ਦੇ ਦਰਸ਼ਨ ਦੀਦਾਰ ਕਰ ਲਵੋਗੇ ਨਾ, ਤੁਹਾਨੂੰ ਫਿਰ ਮੰਨਣਾ ਪੈਣਾ। ਜਦੋਂ ਇੰਨੀ ਪ੍ਰੇਰਨਾ ਦਿੱਤੀ, ਫਿਰ ਮਨਸੋਂ ਕਹਿਣ ਲੱਗਿਆ, ਅੱਛਾ ਭਗੀਰਥ ਜੀ, ਜੇ ਤੁਹਾਨੂੰ ਤੁਹਾਡੇ ਮੁਰਸ਼ਦ ਉੱਤੇ ਇੰਨਾ ਮਾਣ ਹੈ ਤਾਂ ਫਿਰ ਮੈਂ ਉਹਨਾਂ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਾਂਗਾ। ਲੋ ਮੇਰੀ ਗੱਲ ਸੁਣੋ, ਫਿਰ ਰਾਤੋ ਰਾਤ ਤਾਂ ਜਿਹੜਾ ਚੂੜਾ ਚਾਹੀਦਾ ਉਹ ਤਿਆਰ ਨਹੀਂ ਹੋ ਸਕਦਾ। ਉਹਨੇ ਇਹ ਵੀ ਦੱਸਿਆ ਕਿ ਆਹ ਵੀ ਭਲਾਈ ਦਾ ਹੀ ਕੰਮ ਕਰਨਾ ਹੈ, ਇਹ ਸਮਾਨ ਉਹਨਾਂ ਨੂੰ ਨਹੀਂ ਚਾਹੀਦਾ, ਅੱਗੇ ਕਿਸੇ ਦੀ ਲੜਕੀ ਦਾ ਧੀ ਦਾ ਵਿਆਹ ਹੈ ਉਹਨਾਂ ਨੂੰ ਦੇਣਾ। ਤੇ ਅੱਗੋਂ ਫਿਰ ਮਨਸੋਂ ਕਹਿਣ ਲੱਗਿਆ, ਭਗੀਰਥ ਜੀ ਬਹੁਤ ਅੱਛੇ, ਫਿਰ ਇੰਜ ਕਰਦੇ ਹਾਂ, ਚੂੜਾ ਤਾਂ ਰਾਤੋ ਰਾਤ ਤਿਆਰ ਨਹੀਂ ਹੋਣਾ, ਪਰ ਮੇਰੇ ਕੋਲ ਇੱਕ ਬਿਲਕੁਲ ਨਵਾਂ ਅਣਲੱਗਣ ਟੱਚ ਪਿਆ ਹੈ, ਮੈਂ ਬੜੀਆਂ ਰੀਝਾਂ ਨਾਲ ਬਣਾਇਆ ਤੇ ਮੈਂ ਮਨ ਇਹ ਬਣਾਇਆ ਸੀ ਕਦੇ ਜ਼ਿੰਦਗੀ ਵਿੱਚ ਇਹ ਵੇਚਣਾ ਨਹੀਂ, ਕਿਸੇ ਨੂੰ ਦੇਣਾ ਨਹੀਂ। ਪਰ ਜੇ ਤੇਰਾ ਮੁਰਸ਼ਦ ਬਾਕੀ ਐਡਾ ਪਹੁੰਚਿਆ ਹੋਇਆ ਨਾ, ਨਾਲੇ ਮੈਂ ਉਹਦੇ ਦਰਸ਼ਨ ਦੀਦਾਰ ਕਰ ਲਵਾਂਗਾ।